ਦੇਖੋ 15 ਦੇ ਵਿੱਚ ਕੁਛ ਘਟਨਾਵਾਂ ਵਾਪਰੀਆਂ, 15 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਥੱਲੇ ਜਾਂਦਾ ਰਿਹਾ। ਸਾਡੀ ਸਾਰਿਆਂ ਦੀ ਰਾਏ ਸੀ ਕਿ ਆਪਾਂ ਸਾਰੇ ਜਾਣੇ ਜਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵਿਧਾਨ ਮੁਤਾਬਕ ਮਾਫ਼ੀ ਮੰਗਦੇ। ਅਸੀਂ ਅਕਾਲ ਤਖ਼ਤ 'ਤੇ ਗਏ ਸੀ ਪਰ ਵਿਧਾਨ ਮੁਤਾਬਕ ਨਹੀਂ ਗਏ। ਅਸੀਂ ਪ੍ਰਧਾਨ ਸਾਹਿਬ ਨੂੰ ਅਸੀਂ ਕਈ ਵਾਰੀ ਬੇਨਤੀ ਕੀਤੀ ਸੀ ਕਿ ਆਪਾਂ ਅਕਾਲ ਤਖ਼ਤ ਸਾਹਿਬ 'ਤੇ ਬੇਨਤੀ ਕਰੀਏ, ਜੋ ਸਜ਼ਾ ਲਾਉਣਗੇ ਆਪਾਂ ਉਹ ਭੁਗਤ ਲਈਏ, ਗੁਰੂ ਦੇ ਘਰ ਦੇ ਵਿੱਚ ਤੁਹਾਡੀ ਗੱਲ ਵੱਧਦੀ ਹੈ ਘੱਟਦੀ, ਚਲੋ ਕਿਵੇਂ ਨਾ ਕਿਵੇਂ ਸਵਾਬ ਨਹੀਂ ਬਣ ਸਕੀ। ਅਤੇ ਹੁਣ ਪ੍ਰਧਾਨਗੀ ਜੇ ਬਦਲੀ ਜਾਂਦੀ ਹੈ ਤਾਂ ਮੰਨ ਲਓ ਅਕਾਲੀ ਦਲ ਇਕੱਠਾ ਹੋ ਸਕਦਾ? ਦੇਖੋ ਇਹ ਗੁਰੂ ਨੂੰ ਪਤਾ, ਸੱਚੇ ਪਾਤਸ਼ਾਹ ਨੂੰ ਪਤਾ, ਪਰ ਸਾਡੇ 'ਚ ਮੈਂ ਨਹੀਂ, ਸਾਡੇ 'ਚ ਇਹ ਨਹੀਂ ਹੈ ਵੀ ਜੇ ਅਸੀਂ ਤਾਂ ਹੀ ਹਾਂ। ਜੇ ਸਹੀ ਅਸੂਲਾਂ ਦੀ ਗੱਲ, ਝੁੰਦਾ ਕਮੇਟੀ ਦੀ ਗੱਲ, ਸਾਰਾ ਕੁਝ ਠੀਕ ਹੋ ਜਾਂਦਾ ਵੀ ਸਾਨੂੰ ਕੀ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ। ਦੇਖੋ ਸ਼੍ਰੋਮਣੀ ਅਕਾਲੀ ਦਲ ਰੀਜਨਲ ਪਾਰਟੀ ਹੈ, ਜੇ ਇਹ ਤਕੜੀ ਹੈ ਤਾਂ ਇਹਦੇ ਵਿੱਚ ਪੰਜਾਬ ਦਾ ਭਲਾ ਹੈ, ਆਪਣਾ ਭਲਾ ਹੈ। ਨਹੀਂ, ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ, ਦਿੱਲੀ ਦੀ ਇਲੈਕਸ਼ਨ ਨਾਲ ਚੱਲਦੀਆਂ ਨੇ, ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਬੇਸ ਪੰਜਾਬ ਹੈ, ਪੰਜਾਬ ਦਾ ਭਲਾ ਚਾਹੁੰਦੇ ਹਾਂ ਅਸੀਂ। ਸੋ ਇਹ ਸਾਰੀ ਦੁਨੀਆ ਚਾਹੁੰਦੀ ਹੈ, ਇਕੱਲੇ ਅਸੀਂ ਨਹੀਂ ਚਾਹੁੰਦੇ, ਸਾਰੀ ਦੁਨੀਆ ਚਾਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ। ਅਕਾਲ ਤਖ਼ਤ ਤੇ ਕੱਲ੍ਹ ਜਾ ਰਹੇ ਹੋ, ਚੰਦਮਾ ਸਾਹਿਬ ਦਾ ਬਿਆਨ ਹੈ, ਕਿੰਨੇ ਤਰੀਕ ਨਿਸ਼ਚਿਤ? ਅਸੀਂ ਕੱਲ੍ਹ ਜਾ ਰਹੇ ਹਾਂ, 1 ਤਰੀਕ ਨੂੰ ਜਾਵਾਂਗੇ ਉੱਥੇ, ਉੱਥੇ ਜਾ ਕੇ ਚਿੱਠੀ ਦੇਵਾਂਗੇ, ਉਹਦੇ ਚਿੱਠੀ ਦੇਵਾਂਗੇ, ਜਿਹਨੇ ਵੀ ਜਾਣਾ ਹੈ ਉਹ ਜਾਊਗਾ। ਅਕਾਲ ਤਖ਼ਤ ਸ੍ਰੀ ਜਥੇਦਾਰ ਨੂੰ ਬੇਨਤੀ ਕਰਕੇ ਫਿਰ ਅਸੀਂ ਉਹਨਾਂ ਨੇ ਸਾਨੂੰ ਟਾਈਮ ਦੇਣਾ ਵੀ ਤੁਸੀਂ ਫਲਾਣੇ ਦਿਨ ਆਓ, ਉਹ ਆਪਣੀ ਮੀਟਿੰਗ ਕਰਨਗੇ, ਮੀਟਿੰਗ ਦੇ ਵਿੱਚ ਆ ਕੇ ਫਿਰ ਉਹਨਾਂ ਨੇ ਸਾਨੂੰ ਸਜ਼ਾ ਸੁਣਾਉਣੀ ਹੈ। ਦੇਖੋ ਇਹਦੇ 'ਚ ਕੀ ਹੋਇਆ, ਅਸੀਂ ਸਵੇਰੇ ਉੱਠ ਕੇ ਜਦੋਂ ਪੜ੍ਹਿਆ ਕਿ ਵੀ ਆਹ ਗੱਲਾਂ ਹੋ ਗਈਆਂ, ਸਾਨੂੰ ਬਹੁਤ ਦੁੱਖ ਹੋਇਆ। ਇੱਕ ਵਾਰ ਤਾਂ ਮੇਰਾ ਗਲਾ ਸਨਾਟਾ ਸਾ ਗਿਆ ਸੀ, ਪਰ ਅਸੀਂ ਸਾਰੇ ਚਾਹੁੰਦੇ ਸੀ ਵੀ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਸੁਲਝਾ ਲਈ, ਪਰ ਉਹ ਦੇਖੋ 7 ਸਾਲ ਹੋ ਗਏ, 7 ਸਾਲ ਦੇ ਵਿੱਚ ਅਸੀਂ ਸੁਲਝਾ ਨਹੀਂ ਸਕੇ। ਲੋਕਾਂ ਨੇ ਸਾਨੂੰ ਸਜ਼ਾ ਦਿੱਤੀ, 17 'ਚ ਦਿੱਤੀ, 19 'ਚ ਦਿੱਤੀ, 22 'ਚ ਦਿੱਤੀ, ਫਿਰ 24 'ਚ ਤਾਂ ਹੁਣ ਸਾਰੀ ਪਾਰਟੀ ਜਵਾਨ ਜ਼ਬਤ ਹੋ ਗਈ। ਆਪਾਂ ਕਈ ਵਾਰ ਕਹਿੰਦੇ ਹਾਂ ਕਿ 89 ਦੇ ਵਿੱਚ ਜਦੋਂ ਸਿਮਰਜੀਤ ਮਾਨ ਨੇ ਇਲੈਕਸ਼ਨ ਲੜੀ ਹੈ ਉਦੋਂ ਵੀ ਪਾਰਟੀ ਜਵਾਨ ਜ਼ਬਤ ਹੋ ਗਈ ਸੀ, ਪਰ ਉਦੋਂ ਪੰਥ ਦੀ ਵੋਟ ਪੰਥ ਚਲੀ ਗਈ ਸੀ, ਪਰ ਹੁਣ ਪੰਥ ਦੀ ਵੋਟ ਪੰਥ ਨੂੰ ਨਹੀਂ ਗਈ, ਕਿਸੇ ਹੋਰ ਪਾਰਟੀ ਚਲੀ ਗਈ। ਸੋ ਸਾਡੀ ਤਾਂ ਇੱਕੋ ਹੀ ਬੇਨਤੀ ਹੈ, ਸਾਡੇ ਕੋਈ ਇਹ ਨਹੀਂ ਕਿ ਪ੍ਰਧਾਨਗੀ ਲੈਣੀ ਹੈ ਜਾਂ ਕੁਛ ਹੋਰ ਕਰਨਾ। ਅਸੀਂ ਜਾ ਕੇ ਕਈ ਵਾਰੀ ਸਾਥ ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਵੀ ਕਰੀ ਹੈ ਕਿ ਆਪਾਂ ਟੈਂਪਰੇਰੀ ਛੱਡ ਦਿਓ, 2 ਸਾਲ ਖਾਤੇ ਛੱਡ ਦਿਓ, 1 ਸਾਲ ਖਾਤੇ ਛੱਡ ਦਿਓ, ਦੁਬਾਰਾ ਤੁਹਾਡੇ ਘਰ 'ਚ ਹੜ ਪਾ ਦਾਂਗੇ, ਤੁਹਾਨੂੰ ਮੁੱਖ ਮੰਤਰੀ ਬਣਾ ਦਿਆਂਗੇ, ਪਰ ਉਹ ਇਸ ਗੱਲ 'ਤੇ ਆਏ ਨਹੀਂ, ਉਹ ਕਹਿੰਦੇ ਵੀ ਨਹੀਂ ਠੀਕ ਗੱਲ ਬਣਦੀ। ਸੋ ਇਹ ਬੇਨਤੀ ਹੈ। ਇਹ ਸਨ ਸੁਰਜੀਤ ਸਿੰਘ ਰਖੜਾ, ਸਾਬਕਾ ਮੰਤਰੀ ਪੰਜਾਬ, ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਵੀ ਅਕਾਲੀ ਦਲ ਪੰਜਾਬ ਦੀ ਵੇਸ ਪਾਰਟੀ, ਪੰਜਾਬ ਦੀ ਭਲਾਈ ਦੇ ਲਈ। ਅਸੀਂ ਸੁਖਬੀਰ ਬਾਦਲ ਨੂੰ ਵਾਰ ਵਾਰ ਪਹਿਲਾਂ ਵੀ ਬੇਨਤੀਆਂ ਕੀਤੀਆਂ ਵੀ ਤੁਸੀਂ ਕੁਛ ਸਮੇਂ ਲਈ ਪਾਰਟੀ ਪ੍ਰਧਾਨਗੀ ਛੱਡ ਦਿਓ, ਲੇਕਿਨ ਉਹ ਸਾਡੀ ਗੱਲ ਨਹੀਂ ਸੁਣੀ। ਹੁਣ ਅਸੀਂ ਕੱਲ੍ਹ ਨੂੰ ਅਕਾਲ ਤਖ਼ਤ 'ਤੇ ਜਾ ਰਹੇ ਹਾਂ, ਅਕਾਲੀ ਦਲ ਉੱਥੇ ਜਾ ਕੇ ਅਰਦਾਸਾਂ ਕਰਾਂਗੇ, ਜੇ ਮਾਫ਼ੀ ਵੀ ਮੰਗਾਂਗੇ, ਅਕਾਲ ਤਖ਼ਤ ਜੋ ਹੁਕਮ ਲਾਵੇਗਾ, ਜੋ ਸਜ਼ਾ ਲਾਵੇਗਾ, ਅਸੀਂ ਉਸ ਭੁਗਤਣ ਨੂੰ ਵੀ ਤਿਆਰ ਹਾਂ। ਅਸੀਂ ਪੰਜਾਬ ਦੀ ਭਲਾਈ ਦੇ ਲਈ ਕੰਮ ਕਰ ਰਹੇ ਹਾਂ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ।